ਸੋਨਾ ਸੋਣੀਏ ਨੀ ਜਦੋਂ ਦਾ ਪਿਆਰ ਪਿਆ ਤੇਰੇ ਪਿਆਰ ਨੇ ਪਾਈ ਏ ਜ਼ੰਜੀਰ ਖਿੱਚ ਕੇ ਜਿੱਥੇ ਆਉਣ ਦੀ ਨਹੀਂ ਸੀ ਲੋੜ ਮੈਨੂੰ ਲੈ ਆਈ ਏ ਮੇਰੀ ਤਕਦੀਰ ਖਿੱਚ ਕੇ ਸੀਨਾ ਪਾੜ ਕੇ ਲੀਰੋ ਲੀਰ ਕੀਤਾ ਕਿੱਸਾ ਮਾਰਿਆ ਤੂੰ ਨੈਣਾ ਦਾ ਤੀਰ ਖਿੱਚ ਕੇ ਜੇ ਪਤਾ ਹੁੰਦਾ ਜੁਦਾਈ ਨੇ ਪਹਿ ਜਾਣਾ ਰੱਖ ਲੈਂਦਾ ਮੈਂ ਤੇਰੀ ਤਸਵੀਰ ਖਿੱਚ ਕੇ ਰੱਖ ਲੈਂਦਾ ਮੈਂ ਤੇਰੀ ਤਸਵੀਰ ਖਿੱਚ ਕੇ ਕੁਝ ਅਜੀਹਾ ਹੀ ਕੀਤਾ ਚੰਡੀਗੜ੍ਹ ਦੇ ਰਹਿਣ ਵਾਲੇ ਵਿਜੇ ਕੁਮਰਾਜੀ ਨੇ ਇੱਕ ਸ਼ਾਹਜਹਾਂ ਸੀ ਜਿਸਨੇ ਮਮਤਾਜ਼ ਦੇ ਲਈ ਉਸ ਦੇ ਜਾਣ ਪਿੱਛੋਂ ਤਾਜਮਹਿਲ ਬਣਵਾਇਆ ਕਹਿੰਦੇ ਨੇ ਸ਼ਾਹਜਹਾਂ ਬਹੁਤ ਪਿਆਰ ਕਰਦਾ ਸੀ ਮਮਤਾਜ਼ ਨੂੰ ਇੱਕ ਵਿਜੀ ਕੁਮਰਾ ਜੀ ਨੇ ਜਿਨ੍ਹਾਂ ਨੇ ਆਪਣੀ ਧਰਮ ਪਤਨੀ ਤੇ ਜਾਣ ਪਿੱਛੋਂ ਉਹਨਾਂ ਦਾ ਬੁੱਤ ਬਣਵਾਇਆ ਹੈ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਖੁਦ ਵਿਜੀ ਕੁਮਰਾ ਜੀ ਨੇ ਤੇ ਉਹ ਬੁੱਤ ਯਕੀਏ ਬੁੱਤ ਦੇ ਰੂਪ ਵਿੱਚ વિજય কুমરાજી દીની તરમ પત્ની વી ਸਾਡੇ ਨਾਲ હાજૂત ની સર ઈ વિચાર કਿੱથો આયા વિચાર ਸੀ કે प्यार ਸੀ dono gallan si ji pehla pyar si ga dusra vichar e mera bachpan ton si be je kadhi e vakhri ho gayi te je shahjahan taj mahal bana sakda ta main koi maara motta ta aadmi hega hi jida main ta butta ta banaj dya ga ਸ਼ਾਹਜਹਾਨ ਨੇ ਵੀ ਤਾਜਮਹਿਲ ਬਣਾਉਣ ਵਾਸਤੇ ਬਹੁਤ ਮਿਹਨਤ ਕੀਤੀ ਥੋੜੀ ਨਹੀਂ ਉਸ ਨੇ ਪਹਿਲਾਂ ਕਾਲੇ ਮਾਰਬਲ ਦੇ ਵਿੱਚ ਤਾਜਮਹਿਲ ਬਣਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਾਲਾ ਮਾਰਬਲ ਆਇਆ ਔਰ ਸਾਦੇ ਵਿੱਚ ਅੱਜ ਵੀ ਉੱਥੇ ਪੂਰਾ ਚਬੂਤਰਾ ਤਾਜਮਹਿਲ ਦਾ ਬਣਿਆ ਪਿਆ ਮੈਂ ਆਪਣੀ ਅੱਖਾਂ ਨਾਲ ਇਸੇ ਪਤਨੀ ਨੂੰ ਆ ਕੇ ਦਿਖਾ ਕੇ ਲਿਆਇਆ ਸੀ ਲੇਕਿਨ ਉੱਥੇ ਕਾਲਾ ਮਾਰਬਲ ਟੁੱਟਣ ਦੀ ਪ੍ਰੋਬਲਮ ਆਉਂਦੀ ਸੀ ਕਿ ਉੱਥੇ ਗਾਈਡ ਨੇ ਫਿਰ ਦੱਸਿਆ ਵੀ ਉਸ ਵੇਲੇ ਦੇ ਮਹਾਂ ਕਲਾਕਾਰਾਂ ਨੇ ਯਮਨਾ ਦਾ ਕਿਨਾਰਾ ਲੱਭ ਕੇ ਥੱਲੇ ਖੁਦਾਈ ਕਰਕੇ ਲੱਕੜ ਦੇ ਛਤੀਰ ਸਿੱਟੇ ਉਹ ਛਤੀਰਾਂ ਦੀ ਉੱਤੇ ਅੱਜ ਤਾਜ ਮਹਿਲ ਖੜਾ ਹੈ ਮੈਂ ਉਹਨਾਂ ਚੀਜ਼ਾਂ ਨੂੰ ਦੇਖਦਿਆਂ ਆਇਆ ਇਹ ਆਪਣੇ ਆਪ 'ਚ ਆਪਣੇ ਰੋਣ ਨੂੰ ਕਹਿ ਸਕਦੇ ਆ ਜਾਂ ਉਹਦੀਆਂ ਯਾਦਾਂ ਨੂੰ ਕਹਿ ਸਕਦੇ ਆ ਵੀ ਮੈਂ ਇਸ ਨੂੰ ਹਾਸਲ ਕਰ ਲਿਆ ਪੈਸੇ ਕੋਈ ਮੈਂ ਬਹੁਤ ਵੱਡਾ ਤਨਵਾਦ ਨਹੀਂ ਇੱਕ ਇੱਛਾ ਮਨ ਔਰ ਪਿਆਰ ਮੈਂ ਇਹਨੂੰ ਨਹੀਂ ਛੱਡ ਸਕਿਆ ਸਰ ਤੁਹਾਡੇ ਪਰਿਵਾਰ ਤੁਹਾਡੀ ਬੇਟੀ ਤੁਹਾਡੀ ਬੀਟੀ ਜਾਂ ਤੁਹਾਡੇ ਹੋਰ ਜੋ ਪਰਿਵਾਰਕ ਮੈਂਬਰ ਨਹੀਂ ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਪਹਿਲਾਂ ਬਣਵਾਉਣ ਤੋਂ ਜਾਂ ਨਹੀਂ ਤੁਹਾਡੇ ਦਿਲ ਵਿੱਚ ਆਇਆ ਦੀ ਤੁਸੀਂ ਬਣਵਾਇਆ ਨਹੀਂ ਮੈਂ بیٹے ਨਾਲ ਗੱਲ ਕੀਤੀ ਲੇਕਿਨ ਉਹ ਸ਼ਾਇਦ ਪੈਸਿਆਂ ਤੋਂ ਗੁਰੇਜ਼ ਕਰਦਾ ਸੀ ਜਾਂ ਹੋ ਸਕਦਾ ਉਹਦੇ ਮਨ 'ਚ ਕੋਈ ਗੱਲ ਹੋਵੇ ਮੈਂ ਕਹਿ ਸਕਦਾ ਬੀ ਇੱਕ ਵੱਡੇ بیٹے ਅਲ ਮੇਰਾ ਧਿਆਨ ਕਹਿੰਦਾ ਬੀ ਉਹ ਇਹਦੇ ਵਿੱਚ ਇਹੋ ਜੀਆਂ ਗੱਲਾਂ 'ਚ ਬਲੀਵ ਕੱਟ ਕਰਦਾ ਹੈ ਹਾਂ ਛੋਟਾ ਬੇਟਾ ਇੰਗਲੈਂਡ ਵਾਲਾ ਉਹਨੇ ਮੇਰਾ ਬਹੁਤ ਸਿਰਪਚਾ ਚੱਕਿਆ ਮੇਰੇ ਨਾਲ ਉਹਨੇ ਖੜੇ ਹੋ ਕੇ ਹਰ ਚੀਜ਼ ਦੀ ਉਮਦਾਦ ਕੀਤੀ ਈਵਨ ਇਹਦੇ ਰਾਜ ਵਾਸਤੇ ਵੀ ਉਥੋਂ ਜਦ ਵੀ ਕਦੀ ਪੈਸੇ ਦੀ ਲੋੜ ਪਈ ਉਥੋਂ ਪੇਜਦਾ ਰਿਹਾ ਇਹ ਮੈਨੂੰ ਨਹੀਂ ਪਤਾ ਵੀ ਉਹ ਅੰਦਰੇ ਗਤੀ ਜਾਂ ਅੰਦਰੇ ਸਾਹ ਆਪਣੇ ਦੋਨੋਂ ਭਰਾ ਵੰਡਦੇ ਹੋਣਗੇ ਜਾਂ ਨਹੀਂ ਵੰਡਦੇ ਹੋਣਗੇ ਮੇਰੇ ਤੋਂ ਸਭ ਚੋਰੀਆ ਲੇਕਿਨ ਮੇਰੇ ਅੱਗੇ ਨਾ ਉਹਦਾ ਹੀ ਆਉਂਦਾ ਹਾਂ ਬੇਟੀ ਨੂੰ ਵੀ ਕਿਉਂਕਿ ਉਹ ਅੰਮ੍ਰਿਤਸਰ ਵੀ ਆਈ ਹੈ ਉਹਨੂੰ ਇਸ ਗੱਲ ਦਾ ਨਹੀਂ ਸੀ ਖਬਰ ਲੇਕਿਨ ਜਿਸ ਵੇਲੇ ਦਾ ਮਿੱਟੀ ਦਾ ਬੁੱਤ ਬਣ ਕੇ ਆਇਆ ਜੀ ਫਿਰ ਮੈਂ WhatsApp ਤੇ ਉਹਨਾਂ ਨੂੰ ਸ਼ਕਲਾਂ ਭੇਜੀਆਂ ਹਾਂ ਫਿਰ ਉਹ ਪਤਾ ਲੱਗ ਗਿਆ ਵੀ ਇਹ ਕੀ ਫਿਰ ਉਹਨਾਂ ਦਾ ਫਰਸਟ ਰਿਐਕਸ਼ਨ ਕੀ ਸੀ ਕੀ ਕੀ ਹਟ ਤੁਹਾਡੀ ਬੇਟੀ ਨੇ ਬੇਟੀ ਕਹਿਣ ਲੱਗੀ ਜੋ ਤੁਹਾਡੇ ਦਿਲ ਚਾਹੁੰਦਾ ਕਰੋ ਆਪਣੀਆਂ ਯਾਦਾਂ ਨੇ ਇਹਨਾਂ ਨੂੰ ਤੁਸੀਂ ਸਮੇਟਣਾ ਹੈ ਨੈਚੁਰਲ ਹੈ ਹਰ ਬੰਦਾ ਜਿਹੜਾ ਆਪਣੇ ਘਰ ਦੇ ਵਿੱਚ ਹੁੰਦਾ ਹੈ ਉਹਨੂੰ ਆਪਣੀ ਫੈਮਿਲੀ ਆਪਣੇ ਪਰਿਵਾਰ ਆਪਣਾ ਹਸਬੰਡ ਤੋਂ ਸ਼ਮਨੋ ਲੋ ਜ਼ਿਆਦਾ ਪਿਆਰਾ ਹੈ ਠੀਕ ਹੈ ਮਾਂ ਦਾ ਦੁੱਖ ਵੀ ਹੋਏਗਾ ਮੈਂ ਨਹੀਂ ਕਹਿ ਸਕਦਾ ਵੀ ਨਹੀਂ ਹੈ ਜੁਆਈ ਨੂੰ ਵੀ ਹੋਏਗਾ ਕਿਉਂਕਿ ਆਖਰੀ ਸਾਹ ਉਹਨੇ ਆਪਣੇ ਜੁਆ ਹੀ ਨਹੀਂ ਸੀ ਉਹ ਮੇਰਾ ਵੱਡਾ ਮੁੰਡਾ ਹੀ ਕਹਿ ਸਕਦੇ ਆ ਉਹਦੇ ਹੱਥ ਚੋਂ ਪ੍ਰਾਨ ਛੱਡੇ ਐ ਸਰ ਕਿੰਨਾ ਕਿ ਸਕਿੰਨਾ ਕਿ ਮੁਸ਼ਕਿਲ ਹੋਇਆ ਤੁਹਾਡੇ ਲਈ ਇਸ ਬੁੱਤ ਨੂੰ ਬਣਾਣਾ ਜਾਂ ਤਰਾਸ਼ਣਾ ਕਿਉਂਕਿ ਮੇਰੇ ਖਿਆਲ ਜਿੱਥੇ ਇੱਕ ਮੈਨੂੰ ਪਤਾ ਹੈ ਜਾਂ ਸਾਡੀ ਨੌਲੇਜ ਹੈ ਹੁਣ ਤੱਕ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਕਿਸੇ ਪਤੀ ਨੇ ਆਪਣੀ ਪਤਨੀ ਤੇ ਜਾਣ ਮਗਰੋਂ ਉਸ ਦੀ ਯਾਦ ਵਿੱਚ ਉਸ ਦੇ ਪਿਆਰ ਵਿੱਚ ਉਸ ਦਾ ਬੁੱਤ ਬਣਵਾਇਆ ਹੋਵੇ ਕਿੰਨਾ ਔਖਾ ਹੋਇਆ ਔਖਾ ਤਾਂ ਚਲੋ ਮੈਂ ਔਕੜਾਂ ਨਾਲ ਹੀ ਲੜਦਾ ਆ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਗ੍ਰੰਥ ਪੜ੍ਹੇ ਆਪਾਂ ਜਿੰਨੀਆਂ ਵੀ ਕਹਾਣੀਆਂ ਪੜੀਆਂ ਕਿਸੇ ਵੀ ਮਹਾ ਪੁਰਸ਼ ਨੂੰ ਜਾਂ ਕਿਸੇ ਵੀ ਰੱਬ ਨੂੰ ਜਿਹਨੂੰ ਆਪਾਂ ਮੰਨਦੇ ਹੋਈਏ ਉਹਨੇ ਕੋਈ ਸੌਖੀ ਜ਼ਿੰਦਗੀ ਤਾਂ ਕੱਟੀ ਨਹੀਂ ਦੁੱਖ ਤਾਂ ਸਾਰੇ ਨਿਬੜੇ ਗਏ ਮੈਨੂੰ ਵੀ ਔਖ ਤਾਂ ਚਲੋ ਆਈ ਲੇਕਿਨ ਉਹ ਇੰਨੀ ਕਿ ਸ਼ੌਕਰ ਲਗਨ ਸੀ ਵੀ ਮੈਨੂੰ ਦੁੱਖ ਪਤਾ ਹੀ ਨਹੀਂ ਲੱਗਾ ਵੀ ਮੈਂ ਕਿਹੜੇ ਪਾਸਿਓਂ ਕਿੱਦਾਂ ਲਿਆ ਆ हां मेनू ਹੁਣ ਸਕੂਨ ਬਹੁਤ ਹੈ ਇਹਨੂੰ ਦੇਖ ਕੇ ਦਿਨ ਚੜਦਾ ਛੇਰੇ ਉੱਠ ਕੇ ਉਹਨਾ ਇੱਕ ਵਾਰੀ ਮੇਲੇ ਮੁੱਥੇ ਲੱਗ ਜਾਂਦੀ ਹੈ ਮੈਨੂੰ ਇਦਾਂ ਹੀ ਲੱਗਦਾ ਵੀ ਮੈਂ ਇਹਨੂੰ ਜ਼ਿੰਦਾ ਹੀ ਰੱਖਿਆ ਹੈ ਮੇਰੇ ਵਾਸਤੇ ਮਰੀ ਨਹੀਂ ਹੈ ਹਾਂ ਠੀਕ ਹੈ ਮਰ ਮੈਂ ਵੀ ਜਾਣਾ ਇੱਛਾ ਮੇਰੀ ਵੀ ਨਹੀਂ ਹੈ ਜੀਣ ਨੂੰ ਲੇਕਿਨ ਤੁਹਾਡੇ ਵਰਗੇ ਹੀ ਸੱਜਣ ਮੈਨੂੰ ਹੌਸਲਾ ਦੇ ਰਹੇ ਹੈ ਵੀ ਨਹੀਂ ਇਸ ਹੱਬ ਦੇ ਨਾਲ ਵਾਪਰਦੀ ਹੈ ਲੇਕਿਨ ਮੈਂ ਸਮਝਦਾ ਵੀ ਹਰ ਬੰਦੇ ਦੀ ਆਪਣੀ ਆਪਣੀ ਸਰਟਨ ਇਮੋਸ਼ਨਸ ਔਰ ਅਟੈਚਮੈਂਟ ਨੇ ਜਿਹੜੀਆਂ ਇੰਡੀਵਿਜੂਅਲ ਤੇ ਹੀ ਲਾਗੂ ਹੁੰਦੀਆਂ ਕਈ ਬੰਦੇ ਹੋ ਸਕਦਾ ਮੇਰਾ ਵੀ ਮਨ ਕੀਤਾ ਹੋਵੇ ਵੀ ਮੈਨੂੰ ਇਹ ਮਰ ਗਈ ਹੈ ਮੈਂ ਹੁਣੇ ਫਟਾਫਟ ਵਿਆਹ ਕਰਾ ਲਵਾਂ ਖਬਰ ਚ ਵੀ ਕਢਾਤਾ ਹੋ ਵੀ ਭਾਈ ਮੈਨੂੰ ਕੰਪੈਨੀਅਨ ਚਾਹੀਦਾ لیکن میں دیکھا نہیں زندگی ਦੇ ਵਿੱਚ ਇਹਨਾਂ ਚੀਜ਼ਾਂ ਤੋਂ ਉੱਪਰ ਆਪਣੀ ਪਤਨੀਆਂ ਲੋਕੀ ਉੱਪਰ ਬਹੁਤ ਚੀਜ਼ਾਂ ਹੈਗੀਆਂ ਜਿਹੜੀਆਂ ਤੁਹਾਨੂੰ ਬਾਅਦ ਵਿੱਚ ਤੰਗ ਕਰਦੀਆਂ ਤੁਹਾਡੇ ਕੋਲ ਪੈਸੇ ਤੁਹਾਡੇ ਬੱਚਿਆਂ ਦੀ ਜਾਇਦਾਦ ਤੁਹਾਡੇ ਬੱਚਿਆਂ ਦੇ ਪੈਸਿਆਂ ਦਾ ਹਿਸਾਬ ਤਾਂ ਤੁਹਾਡੇ ਕੋਲੋਂ ਖੋਕੇ ਲੈ ਗਏ ਲਗੀਆਂ ਤੇ ਮੈਂ ਇਸ ਮੂਰਤੀ ਨੂੰ ਬਣਾ ਕੇ ਇਹਦੇ ਨਾਲ ਹੀ ਸਾਰੇ ਨਾਲ ਆਪਣਾ ਜਿੰਨਾ ਵੀ ਜੀਵਨ ਮੇਰ ਕੋ ਕੱਟ ਹੋਇਆ ਮੈਂ ਖੁਸ਼ੀ ਖੁਸ਼ੀ ਕੱਟ ਲਾਂਗਾ ਬਾਕੀ ਮੈਂ ਸੱਚਮੁੱਚ ਕਹਿਣਾ ਇਹ ਮੈਨੂੰ ਇੱਕ ਨਵੇਂ ਪੈਸੇ ਦੀ ਵੀ ਕੋਈ ਤਰੱਦਤ ਜਾਂ ਮਿਹਨਤ ਨਹੀਂ ਲੱਗੀ ਇਸ ਦਾ ਉਪਤ ਬਣਾਉਣ ਵਾਸਤੇ ਔਰ ਸਰ ਸਰ ਮੈਂ ਉਹੀ ਕਹਿਣ ਲੱਗਿਆ ਸੀ ਕਿ ਮੈਂ ਇਸ ਬੁੱਤ ਦੀ ਕੀਮਤ ਨਹੀਂ ਪੁੱਛਾਂਗਾ ਕਿਉਂਕਿ ਇਮੋਸ਼ਨਸ ਅਣਮੁੱਲ्य ਹੁੰਦੇ ਨੇ ਉਹਨਾਂ ਦੀ ਕੋਈ ਕੀਮਤ ਨਹੀਂ ਹੁੰਦੀ ਲੇਕਿਨ ਤੁਹਾਨੂੰ ਲੱਗਦਾ ਹੈ ਕਿ ਜਿਸ ਮੂਰਤੀਕਾਰ ਨੇ ਇਸ ਮੂਰਤੀ ਨੂੰ ਬਣਾਇਆ ਹੈ ਉਸ ਨੇ ਬਾਕਮਾਲ ਕੰਮ ਕੀਤਾ ਹੈ ਬਾ ਕਮਾਲ ਨਹੀਂ ਕੰਮ ਕੀਤਾ ਜੀ ਉਹ ਖੁਦ ਰੱਬ ਹੈ ਉਸਨੇ ਮੈਂ ਇਹਦੇ ਮਾਂ ਬਾਪ ਨੇ ਤੇ ਇਹਨੂੰ ਪੇਟ ਚ ਪਾਲਿਆ ਸੀ ਉਹਨੇ ਤੇ ਇੱਕ ਪੱਥਰ ਦੇ ਵਿੱਚੋਂ ਕੱਢ ਕੇ ਇਹਨੂੰ ਬਾਹਰ ਕੱਢਤਾ ਮੈਂ ਤਾਂ ਹਰਾਨ ਹਾਂ ਉਸ ਬੰਦੇ ਤੇ ਔਰ ਰੱਬ ਨੇ ਮੈਨੂੰ ਜ਼ਿੰਦਗੀ ਦਿੱਤੀ ਤਾਂ ਮੈਂ ਆਪਣੀ ਕਾਰ ਚਾੜਾ ਕੇ ਉਸਦੇ ਪੈਰਾਂ ਤੇ ਸਿਰ ਰੱਖ ਕੇ ਜੋ ਮੇਰੇ ਕੋ ਬਣੇਗਾ ਮੈਂ ਉਹਨੂੰ ਇਨਾਮ ਦੇ ਕੇ ਆਵਾਂਗਾ ਔਰ ਉਸਦੀ ਫੋਟੋ ਲਿਆ ਕੇ ਆਪਣੇ ਘਰ ਲਾਵਾਂਗਾ ਮੇਰੇ ਕੋਲ ਹਾਲੇ ਥੋੜੀ ਬੈਸਿਕਲੀ ਪ੍ਰੋਬਲਮਸ ਆ ਰਹੀਆਂ ਐ ਦੀ ਮੂਰਤੀ ਕਰਕੇ ਆ ਰਹੀਆਂ ਰੋਜ਼ ਕੋਈ ਨਾ ਕੋਈ ਆ ਜਾਂਦਾ ਕੋਈ ਦੇਖਦਾ ਹੈ ਜੈਸਨ ਜਿਸ ਤਰਾਹ ਹੀ ਮੇਰਾ ਥੋੜਾ ਮੌਸਮ ਠੀਕ ਹੋਇਆ ਮੈਂ ਜ਼ਰੂਰ ਦੋਸਾਂ ਵਾਪਸ ਜਾਵਾਂਗਾ ਮਿਲ ਕੇ ਆਵਾਂਗਾ ਉਸ ਬੰਦਿਆਂ ਨੂੰ ਜਿਸ ਨੇ ਇਸ ਨੂੰ ਰੰਗ ਕੀਤਾ ਜਿਸ ਨੇ ਇਸ ਨੂੰ ਘੜਿਆ ਜਿਸ ਨੇ ਇਸ ਦੀ ਗਰਾਇੰਡਿੰਗ ਕੀਤੀ ਹੈ ਇੱਕ ਬੰਦੇ ਦਾ ਕੰਮ ਨਹੀਂ ਹੈ ਇਹ ਇਹ ਟੀਮ ਆਫ ਜੀ ਬੰਦੇ ਹੋਣਗੇ ਉਹਨਾਂ ਟੀਮ ਨੂੰ ਸਾਰਿਆਂ ਨੂੰ ਮੈਂ ਜੀ ਸਲਾਮ ਕਰਕੇ ਆਵਾਂਗਾ ਔਰ ਸਭ ਦੀ ਫੋਟੋ ਗਰੁੱਪ ਫੋਟੋ ਲੈ ਕੇ ਆਵਾਂਗਾ ਜੀ ਬਾਕੀ ਮੈਨੂੰ ਪਤਾ ਨਹੀਂ ਹੈ ਬਾਕੀ ਉਸ ਮਾਲਕ ਨੂੰ ਪਤਾ ਹੈ ਕਿੱਥੇ ਕੀ ਹੋਣਾ ਹੈ ਕਿਸ ਤਰ੍ਹਾਂ ਹੋਣਾ ਸਰ ਕੁਝ ਖਾਸ ਯਾਦਾਂ ਤੁਹਾਨੂੰ ਯਾਦ ਆਉਂਦੀਆਂ ਹੋਣ ਜਦੋਂ ਤੁਸੀਂ ਆਪਣੀ ਤਰ੍ਹਾਂ ਪਤਨੀ ਦੇ ਨਾਲ ਕੁਝ ਅਜਿਹੇ ਪਲ ਜੋ ਤੁਹਾਨੂੰ ਹਮੇਸ਼ਾ ਲਈ ਯਾਦ ਰਹਿਣਗੇ ਮੈਂ ਸੁਣਿਆ ਹੈ ਤੁਹਾਨੂੰ ਲੌਂਗ ਡਰਾਈਵ ਤੇ ਜਾਣ ਦਾ ਬਹੁਤ ਸ਼ੌਂਕ ਸੀ ਤੁਸੀਂ ਇਕੱਠਿਆਂ ਨੇ ਪੂਰਾ ਦੇਸ਼ ਹੀ ਨਹੀਂ ਪੂਰੀ ਦੁਨੀਆ ਗਾਈਏ ਇਹ ਮਿਹਰਬਾਨ ਇੱਕ ਮੇਰੀ ਔਰਤ ਚ ਸਭ ਨੂੰ ਵੱਡੀ ਕ ਖੂਬੀ ਸੀ ਵੀ ਉਸ ਨੇ ਕਦੀ ਮੈਨੂੰ ਇਹ ਨਹੀਂ ਪੁੱਛਿਆ ਵੀ ਕਿੱਥੇ ਜਾਣਾ ਹੈ ਕਿਉਂ ਜਾਣਾ ਹੈ ਕਿੰਨੀ ਦੇਰ ਵਾਸਤੇ ਜਾਣਾ ਹੈ ਕਿਹੜੇ ਸ਼ਹਿਰ ਚ ਰੁਕਾਂਗੇ ਇਹ ਸਾਰਾ ਮੇਰਾ ਆਪਣਾ ਕੰਟਰੋਲ ਹੁੰਦਾ ਸੀ ਮੈਂ ਉਹਨੂੰ ਕਹਿ ਦੇਣਾ ਵੀ ਆਪਾਂ ਚਲੀਏ ਕਨਿਆ ਕੁਮਾਰੀ ਉਹਨੇ ਕਿਹਾ ਚਲੋ ਬਸ ਗੱਡੀ ਚੱਕਣੀ ਪਿਛਲੀ ਸੀਟ ਕੱਢ ਦੇਣੀ ਅਸੀਂ ਕਮਰਾ ਜਾਂ ਛੋਟਾ ਜਾਂ ਬਣਾ ਲੈਣਾ ਜਿੱਥੋਂ ਕੋਈ ਮੂਰਤੀ ਮਿਲ ਜਾਣੀ ਸ਼ਾਪਿੰਗ ਕਰ ਲੈਣੀ ਬਾਕੀ ਉਹਨੂੰ ਸੂਟਾਂ ਦਾ ਜੁੱਤੀਆਂ ਦਾ ਬਹੁਤ ਸ਼ੌਕ ਸੀ ਮਤਲਬ ਤੁਸੀਂ ਕੰਨਿਆ ਕੁਮਾਰੀ ਬਾਈ ਕਾਰ ਗਏ ਹੋ ਕਾਰ ਜੀ ਜੀ ਬਿਲਕੁਲ ਹੋਰ ਕਿਹੜੀ ਕਿਹੜੀ ਜਗ੍ਹਾ ਤੁਸੀਂ ਗਏ ਸੀ ਮੈਂ ਜੀ ਕਾਠਮੰਡੂ ਪੋਖਰਾ ਵੈਸਟ ਬੰਗਾਲ ਸਾਰਾ ਇਹ ਸਾਰੇ ਅਸੀਂ ਹੁਕੇ ਆਏ ਦੋਨੋਂ ਜਣੇ ਹੁਣ ਜਹਾਜ਼ ਦੇ ਉੱਤੇ ਤੇ ਮੇਰੇ ਮੁੰਡੇ ਨੇ ਮੈਨੂੰ ساری ਦੁਨੀਆ ਤਕਰੀਬਨ ਘੁਮਾਤੀ ਹੈ। ਇੱਕ ਰਹਿ ਗਿਆ ਤਾਂ ਅਮਰੀਕਾ, ਕੈਨੇਡਾ ਰਹਿ ਗਿਆ। ਉਹ ਵਿਚਾਰੀ ਹੂੰ ਮੇਰੇ ਨਾਲ ਨਹੀਂ ਜਾ ਸਕਦੀ। ਬਾਕੀ ਇੰਗਲੈਂਡ ਤਾਂ ਸੀ ਕੋਈ ਸ਼ਹਿਰ ਹੋਏਗਾ ਜਿਹੜਾ ਅਸੀਂ ਨਹੀਂ ਦੇਖਿਆ। ਤੁਸੀਂ ਕਿਹਾ ਤੁਸੀਂ ਅਮਮਨ ਪੂਰੀ ਦੁਨੀਆ ਘੁੰਮੀ ਹੈ ਕੋਈ ਇੱਕ ਦੋ ਦੇਸ਼ ਛੱਡ ਕੇ। ਤੁਸੀਂ ਕਿਤੇ ਵੀ ਇਹ ਚੀਜ਼ ਦੇਖੀ ਕਿਸੇ ਹਸਬੈਂਡ ਨੇ ਆਪਣੀ ਵਾਈਫ ਦੀ ਯਾਦ ਵਿੱਚ ਉਸਦੇ ਜਾਣ ਮਗਰੋਂ ਅਜੀਬਾ ਬੁੱਤ ਬਣਾਇਆ ਹੋਵੇ? ਨਹੀਂ ਮੈਂ ਇਸ ਚੀਜ਼ ਨੂੰ ਵੈਰੀਫਾਈ ਕਰਨ ਵਾਸਤੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਇੱਕ ਐਪਲੀਕੇਸ਼ਨ ਮੇਲ ਤੋਂ ਲਾਹੀ ਸੀ ਜੀ ਉਹਦੇ 'ਚ ਮੈਂ ਪੁੱਛਿਆ ਉਹਨਾਂ ਨੂੰ ਵੀ 11 ਤਿੰਨ 2019 ਨੂੰ ਮੇਰੀ ਪਤਨੀ ਦੀ ਮੌਤ ਹੋਈ ਹੈ ਨਾ ਮੈਂ ਕੋਈ ਬਾਦਸ਼ਾਹ ਨਾ ਕੋਈ ਮੈਂ ਅਦਾਨੀ ਅੰਬਾਨੀ ਆ ਮੈਂ ਤਾਂ ਇੱਕ ਸਿੰਪਲ ਜਿਹਾ ਇਨਸਾਨ ਆ ਮੀਡਲ ਕਲਾਸ ਆਦਮੀ ਆ ਤੇ ਮੇਰਾ ਇਹ ਦਿਲ ਕਹਿੰਦਾ ਵੀ ਮੈਂ ਇਹਦਾ ਬੁੱਤ ਬਣਾਵਾ ਔਰ ਮੈਂ 24 ਵੀ 5 2019 ਨੂੰ ਇਹਨੂੰ ਘਰ ਲਿਆ ਕੇ ਬੁੱਤ ਬਣਾ ਕੇ ਸਥਾਪਿਤ ਕਰਤਾ ਔਰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਤੋਂ ਮੈਨੂੰ ਇਹ ਜਵਾਬ ਆਇਆ ਵੀ ਨਹੀਂ ਅਜ ਤੱਕ ਇਹ ਹੋ ਜਿਆ ਕੋਈ ਮੁੱਦਤ ਸਮਾਂ ਕਿਸੇ ਬੰਦੇ ਨੇ ਨਹੀਂ ਬੁਣਾਇਆ ਮੈਂ ਉਹਨਾਂ ਨੂੰ ਫੇਰ ਜਦੋਂ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੁਸੀਂ ਕੀ ਰਿਕਾਰਡ ਚਾਹੁੰਦੇ ਹੋ ਤਾਂ ਮੈਂ ਉਹਨਾਂ ਨੂੰ ਉਹਨਾਂ ਨੇ ਕਿਹਾ ਵੀ ਜੋ ਰਿਕਾਰਡ ਤੁਸੀਂ ਚਾਹੁੰਦੇ ਹੋ ਉਸ ਮਦਸਮੇ ਦਾ ਸਾਨੂੰ ਪੂਰੀ ਡਾਈਮੈਂਸ਼ਨਸ ਵਗੈਰਾ ਭੇਜੋ ਫਿਰ ਮੈਂ ਇਸ ਦੀਆਂ ਸਾਰੀ ਉਚਾਈ ਲੰਬਾਈ ਜੋ ਥੱਲੇ ਤੋਂ ਉੱਪਰ ਤੱਕ ਸੀ ਫੋਟੋ ਨਹੀਂ ਭੇਜੀ ਲੇਕਿਨ ਇਹਦੀਆਂ ਡਾਈਮੈਂਸ਼ਨਸ ਭੇਜਤੀਆਂ ਥੈਨ ਉਹਨਾਂ ਨੇ ਮੈਨੂੰ ਕਿਹਾ ਵੀ 5 ਡਾਲਰ ਪਲੱਸ ਵੈਟ ਜੀ ਸਾਡੀ ਇੰਟਰਨੈਸ਼ਨਲ ਫੀਸ ਜਮਾ ਕਰਾਓ ਜੀ ਉਹ ਫੀਸ ਇੱਥੇ ਹੀ ਮੇਰਾ ਇੱਕ ਸੱਜਣ ਬੇਟਾ ਹੈ ਡਾਕਟਰ ਕਰਨ ਜੀ ਉਹਨੇ ਕਾਲ ਰਹੀ 35 ਨੂੰ ਇਹ ਪੇਮੈਂਟ ਉੱਥੇ ਐਕਸੈਪਟ ਹੋ ਗਈ ਜੀ ਉਹਨਾਂ ਨੇ ਇਹ ਕਿਹਾ ਵੀ 4 ਜਾਂ 8 ਹਫ਼ਤਿਆਂ ਦੇ ਅੰਦਰ ਅੰਦਰ ਜੀ ਉਹਨਾਂ ਦੀ ਕੋਈ ਟੀਮ ਆਏਗੀ ਉਹ ਇਨਸਪੈਕਸ਼ਨ ਕਰੇਗੀ ਇਹਦੀਆਂ ਡਾਈਮੈਂਸ਼ਨਸ ਜੋ ਅਸੀਂ ਕਹੀਏ ਉਹ ਬੁੱਤ ਦੇਖਣਗੇ ਜੇ ਉਹਨਾਂ ਨੇ ਯਸ਼ ਕਰਤੀ ਤਾਂ ਇਹ ਮੇਰਾ ਖਿਆਲ ਹੈ ਦੁਨੀਆ ਵਿੱਚ ਔਨੋਖਾ ਪਹਿਲਾ ਹੀ ਬੁੱਤ ਹੋਏਗਾ ਜੇ ਗਿਨੀਜ਼ ਦੀ ਟੀਮ ਦੀ ਹਾਮੀ ਰਹੀ ਉਹਨਾਂ ਵੱਲੋਂ ਯਸ਼ ਰਹੀ ਤਾਂ ਸਰਦਾ ਪਿਆਰ ਤੇ ਮੈਡਮ ਦਾ ਇਹ ਬੁੱਤ ਜੋ ਹੈ ਉਹ ਇਤਿਹਾਸ ਦੇ ਵਿੱਚ ਦਰਜ ਹੋ ਜਾਵੇਗਾ ਸਰ ਸਮਾ ਕਟਣਾ ਬਹੁਤ ਔਖਾ ਹੁੰਦਾ ਹੈ ਆਪਣੇ ਸਾਥੀ ਦੇ ਬਿਨਾ ਕੋਈ ਲਫ਼ਜ਼ ਕੁਝ ਆ ਆਖਰੀ ਕੋਈ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਮੈਂ ਕੀ ਕਹਿ ਸਕਦਾ ਜੀ ਉਹ ਮੇਰੇ ਅੰਦਰੋਂ ਨਿਕਲਦੀ ਨਹੀਂ ਪਈ ਮੈਂ ਕੀ ਕੀ ਕਹਾਂ ਮੈਂ ਤਾਂ ਅੰਦਰੋਂ ਹੀ ਨਿਕਲਦੀ ਪਈ ਮੈਂ ਸਮੁੰਦਰ ਹੈ ਮੇਰੇ ਇੰਜੂਆਂ ਦਾ ਮੈਂ ਕੀ ਕਰਾਂ ਮੇਰੇ ਵਾਸੀ ਨਹੀਂ ਹੈ ਮੈਨੂੰ ਇਹ ਨਹੀਂ ਹੈ ਵੀ ਮੈਨੂੰ ਇਹੋ ਜੀ ਕੋਈ ਚੀਜ਼ ਦੁਬਾਰਾ ਨਹੀਂ ਮਿਲ ਸਕਦੀ ਨਹੀਂ ਹੁਣ ਨਹੀਂ ਮਿਲ ਸਕਦੀ ਸੱਚ ਹੈ ਇਸੇ ਕਰਕੇ ਮੈਂ ਰੋ ਰਿਹਾ ਹਾਂ ਬਾਕੀ ਮੈਨੂੰ ਨਹੀਂ ਪਤਾ ਵੀ ਕੀ ਇਹਦੇ ਬਾਰੇ ਮੈਂ ਕੀ ਕਵਾਂ ਕੀ ਨਾ ਕਵਾਂ ਹਾਂ ਇਹ ਬਾਰ-ਬਾਰ ਮੈਂ ਕੋਈ ਕਹਿਣਾ ਨਹੀਂ ਤਰਤੀ ਤੇ ਐਸੀ ਔਰਤ ਜਨਮ ਨਹੀਂ ਲੈ ਸਕਦੀ ਤਨ ਉਹਦੇ ਮਾਪੇ ਨੇ ਜਿਨ੍ਹਾਂ ਨੇ ਉਸ ਨੂੰ ਉਹ ਸਿੱਖਿਆ ਦੇ ਕੇ ਭੇਜਿਆ ਮੇਰੇ ਘਰੇ ਮੈਂ ਕੱਲ ਦੀ ਗੱਲ ਇੱਕ ਦੁਕਾਨ ਤੇ ਬੈਠਾ ਸੀ ਤੇ 15 ਦਿਨ ਪਹਿਲਾਂ ਕਿਸੇ ਬੱਚੀ ਦਾ ਵਿਆਹ ਹੋਇਆ ਤੇ ਉਹ ਵਿਚਾਰੀ ਨੂੰ ਮੈਂ स्पीडो स्पीडोदा उसने कोई कॉस्ट्यूम ओदा ख़राब हो गया सी तो दुकान पर कहने लगी अंकल ये मेरे को चक्कर लगवा रहे हैं दो तीन दिन से तो मैंने उसको कहा बेटा कोई बात नहीं मैं तुम्हारा चक्कर अभी ख़त्म कर देता हूँ तो अपने हस्बैंड को भेज देना तो मैं कल ही दे दूँगा उसको तो वो कहने लगी नहीं जी तो मेरे पंद्रह दिन शादी क्यों है मेरे हस्बैंड के साथ तो मेरी बनती नहीं है मैं अपने मायके आ गई हूँ तो मैं बड़ा हैरान हुआ ਇਹ ਇੱਕ ਤਰਫ ਤੋਂ 15 ਦਿਨ ਨਹੀਂ ਨਿਕਾਲ ਸਕੇ ਔਰ ਇੱਕ ਤਰਫ ਮੈਂ 50 ਸਾਲ ਦੀ ਜ਼ਿੰਦਗੀ ਵਿੱਚ ਅੱਜ ਵੀ ਉਸ ਨੂੰ ਛੋੜਨੇ ਕੋ ਤਿਆਰ ਨਹੀਂ ਹੋ। ਕਿਹਦਾ ਜ਼ਮਾਨਾ ਹੈ, ਕਿਆ ਸੋਚ ਹੈ ਲੋਕੀ। ਬਿਲਕੁਲ ਇਹ ਪਿਆਰ ਹੈ ਤੁਹਾਡਾ, ਇਹ ਪਿਆਰ ਹੈ ਮੈਡਮ ਦਾ ਜੋ ਤੁਹਾਡੇ ਦਿਲ ਦੇ ਵਿੱਚ ਹੱਲੀ ਵੀ ਜੁੰਦਾ ਹੈ। ਬੇਸ਼ੱਕ ਮੈਡਮ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਮੌਜੂਦ। ਦੋਸਤੋ ਅਕਸਰ ਅਸੀਂ ਸੁਣਦੇ ਰਹਿੰਦੇ ਆ ਕਿ ਪਤੀ ਪਤਨੀ ਦੇ ਵਿੱਚ ਤਕਰਾਰ ਹੁੰਦੀ ਹੈ ਬੇਸ਼ੱਕ ਹੁੰਦੀ ਹੈ ਲੇਕਿਨ ਪਿਆਰ ਵੀ ਬਹੁਤ ਜ਼ਿਆਦਾ ਹੁੰਦਾ ਹੈ ਕਿਉਂਕਿ ਸੱਤ ਜਨਮ ਇਕੱਠੇ ਜੀਣ ਦਾ ਜੋ ਵਾਅਦਾ ਕੀਤਾ ਹੁੰਦਾ ਹੈ ਜੋ ਕਸਮਾਂ ਖਾਈਆਂ ਹੁੰਦੀਆਂ ਨੇ ਜੇ ਸਮਝੋ ਤਾਂ ਉਸ ਦੇ ਵਿੱਚ ਦੁਨੀਆ ਹੈ ਹਾਲਾਂਕਿ ਮਾਪਿਆਂ ਦੀ ਇੱਜ਼ਤ ਕਰਨੀ ਮਾਪਿਆਂ ਦਾ ਸਤਕਾਰ ਕਰਨਾ ਵੀ ਬਹੁਤ ਜ਼ਰੂਰੀ ਹੈ ਲੇਕਿਨ ਇਹ ਵੀ ਸੱਚ ਹੈ ਕਿ ਧਰਮ ਪਤਨੀ ਜੋ ਹੈ ਉਹ ਪੂਰੀ ਜ਼ਿੰਦਗੀ ਲਈ ਸਾਥ ਤੁਰਨ आती है अपना घर के अंत में की कह मैं खुद समझ नहीं आता लेकिन एक गल बिल्कुल सच है ने किश्ती डूब जाती है तूफान चले जाते हैं यादें रह जाती हैं इंसान चले जाते हैं कैमरा पर्सन सूरज ठाकुर अमनदीप सिंह डेली पोस्ट पंजाबी चंडीगढ़ ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ ਜੀਆਈਸੀ ਦੀ ਫੀਸ ਨਹੀਂ ਵੱਧ ਰਹੀ ਇਫੈਕਟਿਵ 1 ਅਪ੍ਰੈਲ ਤੋਂ ਜੀਆਈਸੀ ਦੀ ਫੀਸ 10200 ਹੀ ਰਹੇਗੀ ਸੋ ਜੇ ਤੁਸੀਂ ਸੈਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 92563 92563